ਦੋਸਤ ਤੇ ਚੱਲੀਆਂ ਗੋਲੀਆਂ ਤਾਂ ਨੌਜਵਾਨ ਆ ਗਿਆ ਅੱਗੇ। ਵੇਖੋ ਕਿਵੇਂ ਦੋਸਤ ਨੂੰ ਬਚਾਉਂਦੇ ਹੋਏ 16 ਸਾਲਾਂ ਨੌਜਵਾਨ ਦੇ ਵੱਜੀ ਗੋਲੀ। ਤਾਂ ਦੱਸ ਦੇ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਨੌਜਵਾਨਾਂ 'ਤੇ ਗੋਲੀਆਂ ਚੱਲੀਆਂ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਅੱਗੇ ਆ ਜਾਂਦਾ ਹੈ ਅਤੇ ਉਸਦੇ ਗੋਲੀ ਵੱਜ ਜਾਂਦੀ ਹੈ, ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਹਰਪ੍ਰੀਤ ਸਿੰਘ, ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਉਹ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਰੋਡ 'ਤੇ ਖੜ੍ਹਾ ਹੁੰਦਾ ਹੈ ਤਾਂ ਇੰਨੇ ਨੂੰ ਫੋਰਚੂਨਰ ਕਾਰ ਦੇ ਵਿੱਚ ਸਵਾਰ ਕਰੀਬ ਅੱਧਾ ਦਰਜਨ ਹਮਲਾਵਰ ਉਤਰਦੇ ਨੇ ਅਤੇ ਉਹਨਾਂ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ, ਜਿਸ ਤੋਂ ਬਾਅਦ ਸੜਕ ਕਿਨਾਰੇ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਅਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਇਸ ਸੰਬੰਧੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਗੱਡੀਆਂ ਦੇ ਵਿੱਚ ਇਹ ਹਮਲਾਵਰ ਆਏ ਸੀ ਅਤੇ ਗੱਡੀ ਦੇ ਵਿੱਚੋਂ ਉਤਰ ਕੇ ਅਚਾਨਕ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਜ਼ਖਮੀ ਸ਼ਖਸ ਦੀ ਮਾਤਾ ਦਾ ਕਹਿਣਾ ਸੀ ਕਿ ਪਹਿਲਾਂ ਵੀ ਇਹਨਾਂ ਦੇ ਨਾਲ ਨੌਜਵਾਨ ਦੀ ਰੰਜਿਸ਼ ਰਹੀ ਸੀ, ਜਿਸ ਕਰਕੇ ਇਹਨਾਂ ਨੇ ਇਸ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ। ਤਾਂ ਦੱਸ ਦੇ ਕਿ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਤੁਹਾਨੂੰ ਪਤਾ ਲੱਗਿਆ ਇਹਨਾਂ ਨਾਲ ਮੈਂ ਲੱਗ ਰਹਿੰਦੀ ਹੈਗੀਆਂ? ਅੱਛਾ, ਤੁਹਾਡਾ ਮੁੰਡਾ ਇਹ? ਹਾਂਜੀ। ਕੀ ਗੱਲ, ਕੋਈ ਪਤਾ ਲੱਗੀ ਹੈ ਮੌਕੇ? ਨਾ ਕਿਸੇ ਗੱਲ ਦਾ, ਕੋਈ ਮੈਨੂੰ ਤਾਂ ਫੋਨ ਆਇਆ ਹੁਣੇ ਹਜੇ। ਤੁਹਾਡੇ ਮੁੰਡੇ ਨਾਲ ਕੋਈ ਰੰਜਿਸ਼ ਚੱਲਦੀ ਸੀ? ਕੋਈ ਲੜਾਈ ਝਗੜੇ ਚੱਲਦਾ ਹੈਗਾ ਸੀ ਆਪਸ ਵਿੱਚ? ਲੜਦੇ ਭਿੜਦੇ ਸੀ ਬਸ, ਇੰਨਾ ਹੀ ਪਤਾ ਮੈਨੂੰ, ਇਸ ਤੋਂ ਅੱਗੇ ਕੁਝ ਨਹੀਂ ਪਤਾ। ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਜੀਤਾ। ਅਸੀਂ ਬਾਈਪਾਸ ਤੇ ਖਾਲਸਾ ਕਾਲਜ ਕੋਲੇ ਖੜੇ ਸੀ, 4-5 ਜਿਵੇਂ ਨੋਰਮਲ ਵੈਸੇ ਬਾਈਪਾਸ ਤੇ। ਫੋਰਚੂਨਰ ਕਾਰ ਤੇ ਆਏ 7-8 ਜਣੇ, 2 ਕਾਰਾਂ ਸੀ, 5 ਜਣੇ ਫੋਰਚੂਨਰ ਚ ਉਤਰੇ ਜੀ। ਉਹਨਾਂ ਨੇ ਮਤਲਬ ਆ ਕੇ ਫੈਰ ਮਾਰੇ, 3 ਫੈਰ ਕੱਢੇ, 2 ਫੈਰ ਭਾਈ, 1 ਸਿੱਧਾ ਕੱਢਿਆ ਜਵਾਕ ਹੋ ਗਿਆ ਅੱਗੇ ਜੀ, ਮੇਰੇ ਕਾਪਾ ਜੀ ਉਹਨਾਂ ਕੋਲੇ ਖੋਣ ਲਈ, ਉਹਦੇ ਵੱਜ ਗਏ ਜੀ। ਕਾਕਾ ਜੀ ਫੈਰ ਮੇਰੇ ਮਾਰ ਦੋ, ਕਾਕਾ ਜੀ ਮੁੰਡਾ 5 ਫੁੱਟ ਤੋਂ, ਹਾਲਾਤ ਗੰਭੀਰ ਆ ਜੀ, ਰੈਫਰ ਕੀਤਾ, ਪਤਾ ਨੀ ਅਸੀਂ ਜਾਣਦੇ ਨੀ ਉਹਨੂੰ। 100 ਬੰਦੇ ਨਾਲ ਵੈਰ ਵਿਰੋਧ ਚੱਲਦਾ ਜੀ ਕਿਸੇ ਨਾਲ, ਆਪਣਾ ਤਾਂ ਹੈ ਨੀ, ਚਲੋ ਲੋਕੀ ਰੱਖਦੇ ਆ, ਪਰ ਮਤਲਬ ਪਤਾ ਨੀ ਹੁਣ ਕੀ ਪਤਾ ਨੀ ਲੱਗੇ। 3 ਮੈਂਬਰ ਫੋਰਚੂਨਰ, ਬਾਕੀ ਮੇਲਾ ਨੰਬਰ ਉਹਨਾਂ ਨੇ ਮਿਟਾਇਆ ਹੋਇਆ ਸੀ ਸਾਰੇ ਦੇ ਕੋਲ ਆਏ ਵਿੱਚ। ਮੈਂ ਵਿਆਹ ਨਾਲ ਬਾਸੀਆਂ ਰੋਡ ਤੇ ਮਤਲਬ ਫੈਰ ਆਰਮ ਹੋਏ, ਫੈਰ ਨਾਲ ਇੰਜਰੀ ਹੋਈ ਹੈ ਮੁੰਡੇ ਦੇ, ਜਿਹਦਾ ਨਾਂ ਹੈਗਾ ਹਰਜੀਤ ਸਿੰਘ ਜੀ, ਕਾਕਾ ਪੁੱਤਰ ਬਲਜਿੰਦਰ ਸਿੰਘ, ਵਾਸੀ ਪੰਜ ਪੀਰ ਨਗਰ ਅਬੋਹਰ ਦਾ ਜੀ। ਅਤੇ ਇਹਦੇ ਵਿੱਚ ਅਜੇ ਇਹਨੂੰ ਇੱਥੇ ਐਡਮਿਟ ਹੋਇਆ ਸੀ ਹੋਸਪਿਟਲ, ਤੱਕ ਅਜੇ ਤਾਂ ਸਾਡੇ ਕੋਲ ਕੋਈ ਨਹੀਂ ਆਈ, ਇਹਦੇ ਫੈਕਟ ਜਿਵੇਂ ਜਿਵੇਂ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ। ਦੋਸਤ ਤੇ ਚੱਲੀਆਂ ਗੋਲੀਆਂ ਤਾਂ ਨੌਜਵਾਨ ਆ ਗਿਆ ਅੱਗੇ। ਵੇਖੋ ਕਿਵੇਂ ਦੋਸਤ ਨੂੰ ਬਚਾਉਂਦੇ ਹੋਏ 16 ਸਾਲਾਂ ਨੌਜਵਾਨ ਦੇ ਵੱਜੀ ਗੋਲੀ। ਤਾਂ ਦੱਸ ਦੇ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਨੌਜਵਾਨਾਂ 'ਤੇ ਗੋਲੀਆਂ ਚੱਲੀਆਂ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਅੱਗੇ ਆ ਜਾਂਦਾ ਹੈ ਅਤੇ ਉਸਦੇ ਗੋਲੀ ਵੱਜ ਜਾਂਦੀ ਹੈ, ਜਿਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ। ਤਾਂ ਦੱਸ ਦਈਏ ਕਿ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਨੌਜਵਾਨ ਹਰਪ੍ਰੀਤ ਸਿੰਘ, ਜਿਸ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ, ਉਹ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਰੋਡ 'ਤੇ ਖੜ੍ਹਾ ਹੁੰਦਾ ਹੈ ਤਾਂ ਇੰਨੇ ਨੂੰ ਫੋਰਚੂਨਰ ਕਾਰ ਦੇ ਵਿੱਚ ਸਵਾਰ ਕਰੀਬ ਅੱਧਾ ਦਰਜਨ ਹਮਲਾਵਰ ਉਤਰਦੇ ਨੇ ਅਤੇ ਉਹਨਾਂ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ, ਜਿਸ ਤੋਂ ਬਾਅਦ ਸੜਕ ਕਿਨਾਰੇ ਨੌਜਵਾਨ ਦੇ ਗੋਲੀ ਲੱਗ ਜਾਂਦੀ ਹੈ ਅਤੇ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਤਾਂ ਇਸ ਸੰਬੰਧੀ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਗੱਡੀਆਂ ਦੇ ਵਿੱਚ ਇਹ ਹਮਲਾਵਰ ਆਏ ਸੀ ਅਤੇ ਗੱਡੀ ਦੇ ਵਿੱਚੋਂ ਉਤਰ ਕੇ ਅਚਾਨਕ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਜ਼ਖਮੀ ਸ਼ਖਸ ਦੀ ਮਾਤਾ ਦਾ ਕਹਿਣਾ ਸੀ ਕਿ ਪਹਿਲਾਂ ਵੀ ਇਹਨਾਂ ਦੇ ਨਾਲ
ਨੌਜਵਾਨ ਦੀ ਰੰਜਿਸ਼ ਰਹੀ ਸੀ ਜਿਸ ਕਰਕੇ ਇਹਨਾਂ ਨੇ ਇਸ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ। ਤਾਂ ਦੱਸਦੇ ਕਿ ਨੌਜਵਾਨ ਹਸਪਤਾਲ ਦੇ ਵਿੱਚ ਦਾਖਲ ਹੈ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਤੁਹਾਨੂੰ ਪਤਾ ਲੱਗਿਆ ਇਹਨਾਂ ਨਾਲ ਮੈਂ ਲੱਗ ਰਹਿੰਦੀ ਹੈਗੀਆਂ। ਅੱਛਾ, ਤੁਹਾਡਾ ਮੁੰਡਾ ਹੈ? ਹਾਂਜੀ। ਕੀ ਗੱਲ, ਕੋਈ ਪਤਾ ਲੱਗੀ ਹੈ ਮੌਕੇ? ਨਾ ਕਿਸੇ ਗੱਲ ਦਾ, ਕੋਈ ਮੈਨੂੰ ਤਾਂ ਫੋਨ ਆਇਆ ਹੁਣੇ ਹਜੇ। ਤੁਹਾਡੇ ਮੁੰਡੇ ਨਾਲ ਕੋਈ ਰੰਜਿਸ਼ ਚੱਲਦੀ ਸੀ? ਕੋਈ ਲੜਾਈ ਝਗੜੇ ਚੱਲਦਾ ਹੈਗਾ ਸੀ? ਆਪਸਰੇ ਲੜਦੇ ਭਿੜਦੇ ਸੀ, ਬਸ ਇੰਨਾ ਹੀ ਪਤਾ ਮੈਨੂੰ, ਇਸ ਤੋਂ ਅੱਗੇ ਕੁਛ ਨਹੀਂ ਪਤਾ। ਮੇਰਾ ਨਾਮ ਗੁਰਜੀਤ ਸਿੰਘ ਹੈ ਜੀ, ਜੀਤਾ। ਅਸੀਂ ਬਾਈਪਾਸ ਤੇ ਖਾਲਸਾ ਕਾਲਜ ਕੋਲੇ ਖੜੇ ਸੀ, 4-5 ਜਿਵੇਂ ਨੋਰਮਲ ਵੈਸੇ ਬਾਈਪਾਸ ਤੇ। ਫੋਰਚੂਨਰ ਕਾਰ ਤੇ ਆਏ 7-8 ਜਣੇ, 2 ਕਾਰਾਂ ਸੀ, 5 ਜਣੇ ਫੋਰਚੂਨਰ ਚ ਉਤਰੇ ਜੀ। ਉਹਨਾਂ ਨੇ ਮਤਲਬ ਆ ਕੇ ਫੈਰ ਮਾਰੇ, 3 ਫੈਰ ਕੱਢੇ, 2 ਫੈਰ ਭਾਈ, 1 ਸਿੱਧਾ ਕੱਢਿਆ ਜਵਾਕ ਹੋ ਗਿਆ ਅੱਗੇ ਜੀ, ਮੇਰੇ ਕਾਪਾ ਜੀ ਉਹਨਾਂ ਕੋਲੇ ਖੋਣ ਲਈ, ਉਹਦੇ ਵੱਜ ਗਏ ਜੀ। ਕਾਕਾ ਜੀ ਫੈਰ ਮੇਰੇ ਮਾਰ ਦੇ, ਕਾਕਾ ਜੀ ਮੁੰਡਾ 5-6 ਕਿੱਪੇ ਤੋਂ, ਹਾਲਾਤ ਗੰਭੀਰ ਆ ਜੀ, ਰੈਫਰ ਕੀਤਾ, ਪਤਾ ਨੀ ਅਸੀਂ ਜਾਣਦੇ ਜੀ ਉਹਨਾਂ ਨੂੰ। 100 ਬੰਦੇ ਨਾਲ ਵੈਰ ਵਿਰੋਧ ਚੱਲਦਾ ਜੀ ਕਿਸੇ ਨਾਲ, ਆਪਣਾ ਤਾਂ ਨੀ, ਚਲੋ ਲੋਕੀ ਰੱਖਦੇ ਆ ਪਰ ਮਤਲਬ ਪਤਾ ਨੀ ਹੁਣ ਕੀ ਪਤਾ ਲੱਗੇ ਫੋਰ ਵੀਲਰ ਪੱਕੀ ਵੀਲਰ ਨੰਬਰ ਉਹਨਾਂ ਨੇ ਮਿਟਾਇਆ ਹੋਇਆ ਸੀ ਸਾਰੇ ਦੇ ਕੋਲ ਆਏ ਵਿੱਚ। ਮੈਂ ਵਿਆਹ ਨਗਰ ਗਿਆ ਜੀ, ਬਾਸੀਆਂ ਰੋਡ ਤੇ ਮਤਲਬ ਫੈਰ ਆਰਮ ਹੋਇਆ, ਫੈਰ ਨਾਲ ਇੰਜਰੀ ਹੋਈ ਹੈ ਮੁੰਡੇ ਦੇ, ਜਿਹਦਾ ਨਾਂ ਹੈਗਾ ਹਰਜੀਤ ਸਿੰਘ ਜੀ, ਕਾਕਾ ਪੁੱਤਰ ਬਲਜਿੰਦਰ ਸਿੰਘ, ਵਾਸੀ 5 ਪੀਰ ਨਗਰ ਬੋਹਰ ਦਾ ਜੀ। ਅਤੇ ਇਹਦੇ ਵਿੱਚ ਅਜੇ ਇਹਨੂੰ ਇੱਥੇ ਐਡਮਿਟ ਹੋਇਆ ਸੀ ਹੋਸਪਿਟਲ, ਤੱਕ ਅਜੇ ਤਾਂ ਸਾਡੇ ਕੋਲ ਕੋਈ ਨਹੀਂ ਆਈ। ਇਹਦੇ ਇਫੈਕਟ ਜਿਵੇਂ ਜਿਵੇਂ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ।